ਰਾਜਪੁਰਾ ਥਰਮਲ ਪਲਾਂਟ ਦੀ ਰਿਪੋਰਟ ਹੈ, ਨੇੜੇ ਤੇੜੇ ਦੇ ਲੋਕ ਕਹਿ ਰਹੇ ਨੇ ਕਿ ਸਾਨੂੰ ਸਾਹ ਦੇ ਵਿੱਚ ਦਿੱਕਤ ਆ ਰਹੀ ਹੈ। ਇਹਨਾਂ ਨੇ ਥਰਮਲ ਪਲਾਂਟ ਕੋਈ ਨਵਾਂ ਨਹੀਂ ਲਾਇਆ, ਜਿਹੜੇ ਚੱਲਦਾ ਸੀ ਕੋਲਾ ਕੋਲ ਸੀਗੇ, ਜਿੰਨਾ ਚਿਰ ਹੈਗੇ ਸੀ ਉਹਨੂੰ ਉਹਨਾਂ ਚਿਰ ਤਾਂ ਵਰਕਸ਼ਨ ਦੇ ਵਿੱਚ ਗੱਲ ਹੋਣੀ ਚਾਹੀਦੀ ਹੈ ਕਿ ਅਸੀਂ ਕਿਉਂਕਿ ਪਾਲਿਸੀਆਂ ਸਾਡੀਆਂ ਤਾਂ ਹੀ ਬਦਲਣਗੀਆਂ ਜੇ ਲੋਕ ਮੰਗਣ, ਕਿਉਂਕਿ ਜਿਹੜੇ ਸਾਡੇ ਕੁਦਰਤੀ ਸੱਪੜ ਸੀ, ਰੀਚਾਰਜਿੰਗ ਸਿਸਟਮ ਸੀ, ਉਹਨਾਂ ਨੂੰ ਅਸੀਂ ਗੰਦੇ ਪਾਣੀ ਪਾ ਦਿੱਤੇ, ਸਾਡੇ ਪਾਣੀ ਵੀ ਤਾਂ ਹੀ ਗੰਦੇ ਹੋਏ। 1999 'ਚ ਆਪਣੇ ਪਿੰਡ 'ਚ ਪਾਇਆ ਸੀ, ਅੱਜ ਤੀਕਰ ਸਕਸੈਸਫੁੱਲ ਚੱਲ ਰਿਹਾ ਕਿ ਜਿਹੜੇ ਇੰਡਸਟਰੀ ਵਾਲੇ ਆ, ਜਿਹੜੇ ਪਾਣੀ ਪਾ ਰਿਹਾ, ਇਹਨਾਂ ਨੇ ਕਹਿਣਾ ਪਾਣੀ ਨਹੀਂ ਪਾਇਆ, ਪਰ ਧਰਤੀ ਦੇ ਸਿੰਪਲ ਦੱਸਣਗੇ ਵੀ ਪਾਣੀ ਇਹਨਾਂ ਨੇ ਪਾਇਆ। ਹਰ ਚੀਜ਼ ਦੇ ਉੱਤੇ ਜੇ ਕਿਸੇ ਦੇ ਉੱਤੇ ਸਟੇਅ ਕਰਦੇ ਆ ਨਾ, ਉਹਨੂੰ ਤਰੀਕ ਦਿੰਦੇ ਹਾਂ ਵੀ ਤੁਸੀਂ ਆਪਣਾ ਪੱਖ ਰੱਖੋ। ਸੋ ਜਿੱਥੇ ਦੁੱਗਣਾ ਪਾਣੀ ਲੱਗਣਾ ਸੀ, ਅਸੀਂ ਅੱਧਾ ਪਾਣੀ ਜਿਹੜਾ ਹੈ ਉਹ ਬਚਾ ਲਿਆ, ਨਹੀਂ ਤਾਂ ਪਹਿਲਾਂ ਵੀ ਛੱਡਣਾ ਸੀਗਾ, ਦੂਸਰਾ ਵੀ ਛੱਡਣਾ ਸੀ। ਜੇ ਆਵਾਜ਼ ਉਠਾਵਾਂਗੇ ਤਾਂ ਹੀ ਪਤਾ ਲੱਗੂਗਾ। ਬਿਲਕੁਲ ਬਿਲਕੁਲ। ਸੋ ਇਹਦੇ ਵਾਸਤੇ ਜਿਹੜੇ ਲੋਕਾਂ ਦਾ ਜਿਹੜੇ ਹੱਕ ਆ ਉਹਨਾਂ ਨੂੰ ਮਿਲਣੇ ਚਾਹੀਦੇ ਆ।